दैनिक सवेरा देख रहे देश विदेश दे दर्शकों का स्वागत न्यूज़ रूम तो मैं रचना। ते पिछले काफ़ी दिनों तो खेती ऑर्डिनेंस के खिलाफ थां थां ते किसान जथेबंदियों वालों प्रदर्शन किए जा रहे हैं। तो अज एक बार फिर जलंधर के डीसी दफ्तर के बाहर किसान मजदूर सुधार कमेटी के कार्यकर्ताओं वालों इस ऑर्डिनेंस के खिलाफ जोरदार प्रदर्शन किया गया। उन्हों का कहना सी कि ये ऑर्डिनेंस किसान विरोधी है ते उन्हां वालों अगले 7 दिन तक इस तरह लगातार प्रदर्शन किया जाएगा। जेल भरो अंदोलन शुरू किया गया है और अगले 7 दिन तक गिरफ्तारियां दित्तियां जाएंगियां। ਅਸੀਂ ਰੋਜ਼ ਦੇ ਇੱਥੋਂ ਜਥੇ ਭੇਜਣੇ ਆ ਗ੍ਰਿਫਤਾਰੀਆਂ ਨੂੰ, ਸਾਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਨੂੰ ਭੇਜੋ, ਕਿਉਂ ਉੱਦਾਂ ਵੀ ਕਿਸਾਨਾਂ ਮਜ਼ਦੂਰਾਂ ਦੀ ਮੌਤ ਭੁੱਖ ਨਹੀਂ ਹੋ ਜਾਣੀ ਆ ਅਤੇ ਸਾਨੂੰ ਜੇਲ੍ਹ 'ਚ ਸੁੱਟ ਦੇਣਗੇ ਅਤੇ ਸਾਨੂੰ ਉਹ 'ਚ ਮੌਤ ਹੋਣੀ ਸੀ। ਜਿਹੜੀ ਧਾਰਾ ਕੀਤੀ 144 ਜਾਰੀ ਕੀਤੀ ਆ ਉਹ ਇਹੋ ਗ੍ਰਿਫਤਾਰੀਆਂ ਨੇ ਕੀਤੀ ਆ ਨਾ, ਵੀ ਇਹਨਾਂ ਲੋਕਾਂ ਨੂੰ ਆਏ ਤਾਂ ਅਸੀਂ ਗ੍ਰਿਫਤਾਰ ਕਰਾਂਗੇ, ਅਸੀਂ ਗ੍ਰਿਫਤਾਰੀਆਂ ਆਪ ਦੇਣ ਡਾਉਂਦੇ, ਇਹ ਸਾਨੂੰ 44 ਕੀ ਆਉਂਦੀ, ਘੱਟੋ ਘੱਟ 7 ਦਿਨ ਦਾ ਤਾਂ ਹੈਗਾ। ਉਦੋਂ ਵੱਡਾ ਸੰਘਰਸ਼ ਜੋ ਵੀ ਲਿਖਿਆ ਗਿਆ ਉਹ ਹੀ ਫਿਰ ਸੂਬਾ ਕਮੇਟੀ ਲਿਖੂਗੀ। ਅੱਜ ਜਲੰਧਰ ਦੇ ਵਿੱਚ ਕਿਸਾਨ ਮਜ਼ਦੂਰ ਸੁਧਾਰ ਸੰਘਰਸ਼ ਜਿਹੜੀ ਕਮੇਟੀ ਹੈਗੀ ਹੈ ਉਹ ਗ੍ਰਿਫਤਾਰੀਆਂ ਦੇਣ ਆਈ ਹੈ। ਕੀ ਮੁੱਦਾ ਕੀ ਹੈ, ਕਿਸ ਕਾਰਨ ਤੁਸੀਂ ਜਿਹੜੇ ਗ੍ਰਿਫਤਾਰੀਆਂ ਦੇਣ ਜਲੰਧਰ ਪਹੁੰਚੇ ਹੋ? ਇਸ ਤਰ੍ਹਾਂ ਮੈਂ ਸਲਵਿੰਦਰ ਸਿੰਘ ਜਾਣੀਆ, ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਸਾਡਾ ਮੁੱਦਾ ਇਹ ਜਿਹੜਾ ਸਰਕਾਰ ਨੇ ਜਿਹੜਾ ਆਰਡੀਨੈਂਸ ਜਾਰੀ ਕੀਤੇ ਆ ਕਿਸਾਨ ਮਜ਼ਦੂਰ ਮਾਰੂ, ਉਹਨਾਂ ਦੇ ਵਿਰੋਧ 'ਚ ਆ, ਚਾਹੇ ਸਰਕਾਰ ਉਹ ਆਰਡੀਨੈਂਸ ਰੱਦ ਕਰੇ, ਨਹੀਂ ਤਾਂ ਸਾਨੂੰ ਅਸੀਂ ਰੋਜ਼ ਦੇ ਇੱਥੋਂ ਜਥੇ ਭੇਜਣੇ ਆ ਗ੍ਰਿਫਤਾਰੀਆਂ ਨੂੰ, ਸਾਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਨੂੰ ਭੇਜੋ, ਕਿਉਂ ਉੱਦਾਂ ਵੀ ਕਿਸਾਨਾਂ ਮਜ਼ਦੂਰਾਂ ਦੀ ਮੌਤ ਭੁੱਖ ਨਹੀਂ ਹੋ ਜਾਣੀ ਆ ਅਤੇ ਸਾਨੂੰ ਜੇਲ੍ਹ 'ਚ ਸੁੱਟ ਦੇਣਗੇ ਅਤੇ ਸਾਨੂੰ ਉਹ 'ਚ ਮੌਤ ਹੋਣੀ ਸੌਖੀ ਹੈ। ਹਾਲਾਂਕਿ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ ਉਹ ਕਿਸਾਨ ਸੁਧਾਰ ਆਰਡੀਨੈਂਸ ਹੈ, ਫਿਰ ਤੁਸੀਂ ਉਸ ਦੇ ਕਿਉਂ ਖਿਲਾਫ ਹੋ? ਸੁਧਾਰ ਨਹੀਂ ਜੀ, ਉਹ ਕਿਸਾਨ ਮਜ਼ਦੂਰ ਮਾਰੂ ਆਰਡੀਨੈਂਸ ਵਾ, ਉਹਦੇ ਵਿੱਚ ਜਿਹੜੀ ਮੰਡੀ ਦੀ ਖਰੀਦ ਜਿਹੜੀ ਆ ਆਪ ਸਰਕਾਰ ਨੇ ਪਾਸੇ ਹੋ ਜਾਣਾ, ਵਪਾਰੀਆਂ ਨੇ ਹੱਥ 'ਚ ਦੇ ਦੇਣੀ, ਉਹ ਵੱਡੀ ਕਿਸਾਨ ਜਿਹੜੇ ਆ ਮਾਰੂ ਨੀਤੀਆਂ ਵਾ, ਕਿਉਂ ਸਰਕਾਰ ਨੇ ਖਰੀਦਣੀ ਨਹੀਂ, ਸਰਕਾਰ ਵਿੱਚ ਨਹੀਂ। ਅਸੀਂ ਕਹਿੰਦੇ ਹਾਂ ਸਾਨੂੰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ, ਜੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੇ ਥਾਂ ਨੇ ਨਾ ਮੰਡੀ ਖੁੱਲ੍ਹੀ ਕਰਦੇ ਲੱਗੇ ਆ, ਉਹਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਆ, ਕਿਸਾਨਾਂ ਦਾ ਫਸਲਾਂ ਦਾ ਰੇਟ, ਫਿਰ ਵੇਖੋ ਜੀ ਉੱਥੋਂ ਕਿਸਾਨ ਮਰਦਾ, ਨਾਲ ਆੜ੍ਹਤੀਏ ਦੀ ਮੌਤ ਆ, ਨਾਲ ਉਹਦੇ ਮੁਨੀਮ ਦੀ ਮੌਤ ਆ, ਨਾਲ ਉਹਦੀ ਜਿਹੜੀ ਲੇਬਰ ਪੱਲੇਦਾਰੀ ਕੰਮ ਕਰਦੀ ਉਹਦੀ ਮੌਤ ਆ, ਫਿਰ ਟਰੱਕਾਂ ਦੀ ਡਰਾਈਵਰਾਂ ਦੀ, ਫਿਰ ਜਿਹੜਾ ਮਾਰਕੀਟ ਕਮੇਟੀ ਆ ਜਿਹ ਤੋਂ ਸਾਨੂੰ ਟੈਕਸ ਲੱਗ ਕੇ ਉਹ ਜਿਹੜੀ ਕਟੌਤੀ ਜਾਂਦੀ ਆ, ਇੱਕ ਕੁਇੰਟਲ ਦੀ 160 ਰੁਪਈਏ ਕਟੌਤੀ ਜਾਂਦੀ ਆ, ਅਤੇ ਹਜ਼ਾਰਾਂ ਲੱਖਾਂ ਟਨ ਜਿਹੜੀ ਕਣਕ ਝੋਨਾ ਵਾ ਜਿਹੜਾ ਹਰ ਸਾਲ ਉਹ ਖਰੀਦ ਕੇ ਜਾਂਦਾ, ਉਹਦੇ ਨਾਲ ਸਾਡੀਆਂ ਸੜਕਾਂ ਬਣਦੀਆਂ, ਜਿਹੜੀਆਂ ਪੰਜਾਬ ਦੀਆਂ ਗਲੀਆਂ ਬਣਦੀਆਂ, ਨਾਲੀਆਂ ਬਣਦੀਆਂ, ਚਾਹੇ ਆ ਗਰੀਬਾਂ ਨੂੰ ਸਹੂਲਤਾਂ ਵਾਸਤੇ ਆ ਪਾਣੀ ਦੀਆਂ ਟੈਂਕੀਆਂ ਬਣਦੀਆਂ, ਉਹ ਤੋਂ ਬਣਦੀਆਂ, ਜੇ ਉਹ ਕਿਸਾਨ ਆ ਤਾਂ ਉਹ ਯਾਰੀ ਹੋ ਜਾਂਦੇ ਆ, ਉਹ ਜਿਹੜੀ ਆ ਉਹ ਵੱਡੀ ਮਾਰੂ ਆ ਕਿਸਾਨ ਮਜ਼ਦੂਰਾਂ ਨੂੰ ਇਹ ਚੀਜ਼ਾਂ। ਕਿੰਨੇ ਬੰਦੇ ਗ੍ਰਿਫਤਾਰੀ ਦੇਣ ਅਸੀਂ ਜਲੰਧਰ ਦੇ ਵਿੱਚ ਪਹੁੰਚੇ ਹੋ, ਕਿੰਨੇ ਬੰਦੇ ਜਿਹੜੇ ਗ੍ਰਿਫਤਾਰੀ ਦੇਣਗੇ ਆਪ? ਅਸੀਂ ਘੱਟੋ ਘੱਟ ਇੱਥੇ 7-8 ਦਿਨ ਦਾ ਲਗਾਤਾਰ ਹੀ ਧਰਨਾ ਵਾਂ, ਰੋਜ਼ 'ਚ ਅਸੀਂ ਇੱਥੇ ਜੱਸਾ ਬਣਾ ਕੇ ਭੇਜਾਂਗੇ। ਜਿਸ ਤਰ੍ਹਾਂ ਸਾਡੇ ਦੂਜਿਆਂ ਜ਼ਿਲ੍ਹਿਆਂ 'ਚ ਵਾ ਕੋਈ 100 ਬੰਦੇ ਦੀ ਗ੍ਰਿਫਤਾਰੀ ਵੀ ਰੋਜ਼ ਹੋਇਆ ਕਰਨੀ ਆ, ਕਿਤੇ ਵੱਧ ਵੀ ਹੋਇਆ ਕਰਨੀ, ਕਿਤੇ 50-52 ਦੀ ਹੋਣੀ ਆ। ਅਸੀਂ ਵੀ ਘੱਟੋ ਘੱਟ 11-12 ਬੰਦਿਆਂ ਦੀ ਤਾਂ ਗ੍ਰਿਫਤਾਰੀਆਂ ਇੱਥੋਂ ਦੇਣੀਆਂ ਚਾਲੂ ਕਰਾਂਗੇ, ਵੀ ਲਗਾਤਾਰ ਜਿੰਨਾ ਚਿਰ ਚੱਲਦਾ ਰਹੂਗਾ ਗ੍ਰਿਫਤਾਰੀਆਂ, ਕਿਉਂ ਅੱਜ ਜ਼ਿਆਦਾ ਸਰਕਾਰ ਨੇ ਆਖਿਆ ਵੀ ਅਸੀਂ ਥੋੜ੍ਹੇ ਥੋੜ੍ਹੇ ਆਉਣੇ ਚਾਲੂ ਕੀਤੇ ਆ, ਵੀ ਰੋਜ਼ ਰੋਜ਼ ਗ੍ਰਿਫਤਾਰੀਆਂ ਆਇਆ, ਅੱਜ ਗ੍ਰਿਫਤਾਰੀਆਂ ਵਾਲੀ ਆਈ ਸੰਗਤ ਵੀ 100 ਕੁ ਬੰਦਾ ਆਇਆ, ਕੱਲ੍ਹ ਨੂੰ ਇਹਦੂ ਵੱਡੀਆਂ ਤਦਾਦਾਂ 'ਚ ਆਉਣਗੇ। ਅਜੇ ਮਗਰ ਲੋਕ ਜਿਹੜੇ ਆ ਉਹ ਸਾਡੇ ਤੋਂ ਵੀ ਕਾਲੇ ਆਉਂਦੇ ਆ, ਅਸੀਂ ਰੋ ਰੋ ਕੇ ਆਉਂਦੇ, ਸਾਨੂੰ ਗ੍ਰਿਫਤਾਰੀਆਂ ਪਹਿਲਾਂ ਦੇਣ ਦਿਓ। ਤੁਹਾਨੂੰ ਪਤਾ ਜਦੋਂ ਗ੍ਰਿਫਤਾਰੀ ਹੋਣੀ ਹੈ ਤੁਹਾਡਾ ਇਸ ਤੋਂ ਪਹਿਲਾਂ ਕਰੋਨਾ ਟੈਸਟ ਵੀ ਕੀਤਾ ਜਾਊਗਾ, ਅਸੀਂ ਤੁਹਾਨੂੰ ਉਹਦਾ ਵੀ ਇਲਮ ਹੈ? ਜੋ ਮਰਜ਼ੀ ਕਰੀ ਜਾਣ ਜਦੋਂ ਅਸੀਂ ਗ੍ਰਿਫਤਾਰੀਆਂ ਦੇਣੀਆਂ, ਪਰ ਸਾਨੂੰ ਬਿਮਾਰੀ ਕੋਈ ਨਹੀਂ ਗੀ, ਕਿਉਂ ਬਿਮਾਰੀ ਤੁਸੀਂ ਕਹਿ ਰਹੇ ਹੋ ਨਾ, ਜਦੋਂ ਜਦੋਂ ਟੈਸਟ ਹੋਏਗੇ ਜੇ ਕੋਈ ਇੱਦਾਂ ਦੀ ਬਿਮਾਰੀ ਨਿਕਲ ਆਉਂਦੀ ਹੈ ਫਿਰ? ਅਸੀਂ ਇਹਦਾ ਵਿਰੋਧ ਹੀ ਕਰਦੇ ਹਾਂ, ਜੋ ਕਰੋਨਾ ਹੈਗਾ ਹੀ ਨਹੀਂ, ਜੇ ਕਰੋਨਾ ਸੀ ਤਾਂ ਸਰਕਾਰ ਨੇ ਜਿਹੜੇ ਆਰਡੀਨੈਂਸ ਉਹ ਜਾਰੀ ਕਿਉਂ ਕੀਤੇ? ਸਰਕਾਰ ਨੂੰ ਚਾਹੀਦੇ ਨਹੀਂ ਕਰੋਨਾ ਦੀ ਆੜ 'ਚ ਲੋਕਾਂ ਨੂੰ ਅੰਦਰ ਵਾੜ ਕੇ ਆਰਡੀਨੈਂਸ ਜਾਰੀ ਕਰਨੇ, ਅਸੀਂ ਉਹ ਕਰੋਨੇ ਦੀ ਅਸੀਂ ਕਰੋਨਾ ਮੰਨਦੇ ਨਹੀਂ, ਕਰੋਨਾ ਹੈ ਹੀ ਨਹੀਂ, ਜਿਹੜਾ ਲਿਆਓ ਦੱਸੋ ਉਹਦੇ ਨਾਲ ਰੋਟੀ ਪਾਣੀ ਖਾ ਲੈਂਦੇ, ਸਾਨੂੰ ਕਰੋਨਾ ਹੋ ਗਿਆ ਦੇ ਆਖਿਓ, ਕਿਉਂ ਹੈ ਹੀ ਨਹੀਂ। ਇਹਨਾਂ ਦੇ ਇਹੋ ਹੀ ਆ ਵੀ ਲੋਕਾਂ ਨੂੰ ਮਾਰਨ ਵਾਸਤੇ ਜਿਹੜੇ ਆਰਡੀਨੈਂਸ ਜਾਰੀ ਕੀਤੇ ਆ, ਵੀ ਕਿਸਾਨ ਮਜ਼ਦੂਰ ਦੁਕਾਨਦਾਰ ਵੇਖੋ ਵਿਹਲੇ ਬਹਿ ਗਏ ਨਾ ਸ਼ਹਿਰਾਂ ਦੇ ਵਿੱਚ, ਆ ਕਰੋਨੇ ਦੀ ਆੜ 'ਚ ਭੁੱਖੇ ਮਰਦਾ ਆ, ਪਿੰਡਾਂ 'ਚ ਤਾਂ ਮਾੜੀ ਮੋੜ ਦਿਹਾੜੀ ਲੱਗ ਪਈ ਆ, ਅੱਜ ਸ਼ਹਿਰਾਂ 'ਚ ਜੋ ਰਸ਼ਕਿਆਂ ਵਾਲੇ ਆ, ਜੋ ਆ ਹੋਰ ਦਾਇਰੇ ਵਾਲੇ ਆ, ਉਹ ਸਭ ਭੁੱਖੇ ਮਰਦੇ ਆ, ਇਸ ਕਰਕੇ ਲੋਕਾਂ ਨੂੰ ਮਾਰਨ ਵਾਸਤੇ ਜਿਹੜੇ ਆ ਆਰਡੀਨੈਂਸ ਜਾਰੀ। ਤੁਹਾਨੂੰ ਪਤਾ ਜੀ ਇੱਕ ਧਾਰਾ 144 ਲੱਗੀ ਹੋਈ ਹੈ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ, ਕੈਪਟਨ ਸਾਹਿਬ ਨੇ ਧਾਰਾ 144 ਜਾਰੀ ਕੀਤੀ ਹੋਈ ਹੈ, ਫਿਰ ਵੀ ਤੁਸੀਂ ਇੰਨਾ ਇਕੱਠ ਲੈ ਕੇ ਇੱਥੇ ਪਹੁੰਚੇ ਹੋ, ਤੁਹਾਨੂੰ ਕੋਈ ਕਿਸੇ ਇਸ ਚੀਜ਼ ਦਾ ਡਰ ਨਹੀਂ ਲੱਗਦਾ? ਜਿਹੜੀ ਧਾਰਾ ਕੀਤੀ 144 ਜਾਰੀ ਕੀਤੀ ਆ ਉਹ ਇਹੋ ਗ੍ਰਿਫਤਾਰੀਆਂ ਦੀ ਕੀਤੀ ਆ ਨਾ, ਵੀ ਇਹਨਾਂ ਲੋਕਾਂ ਨੂੰ ਆਏ ਤਾਂ ਅਸੀਂ ਗ੍ਰਿਫਤਾਰ ਕਰਾਂਗੇ,
ਅਸੀਂ ਗ੍ਰਿਫਤਾਰੀਆਂ ਆਪ ਦੇਣ ਆਉਂਦੇ ਆ ਸਾਨੂੰ 44 ਕੀ ਆਂਦੀ ਆ ਅਸੀਂ ਤੇ ਅਸੀਂ ਗ੍ਰਿਫਤਾਰੀਆਂ ਦੇਣ ਆਏ ਆ 44 ਛੱਡ ਕੇ ਜੋ ਮਰਜ਼ੀ ਸਾਡੇ ਆੜੀ ਦੇ ਸਿਰ ਅਧਿਕਾਰ ਤੋਂ ਨਹੀਂ ਇਕੱਠੇ ਹੁੰਦੇ ਜੇ ਫਿਰ ਵੀ ਤੁਹਾਡੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਉਸ ਤੋਂ ਬਾਅਦ ਕੀ ਸਟੈਪ ਹੋਊਗਾ ਤੁਹਾਡਾ ਉਹ ਜੋ ਸੂਬਾ ਕਮੇਟੀ ਉੱਪਰੋਂ ਲਿਖੂਗੀ ਉਹ ਹਿਸਾਬ ਨਾਲ ਅਸੀਂ ਚੱਲਾਂਗੇ ਜੋ ਵੱਡਾ ਸੰਘਰਸ਼ ਕਰਨਾ ਪਊਗਾ ਉਹ ਕਰਾਂਗੇ ਪਿਛਲੇ ਦਿਨਾਂ 'ਚ ਵੀ ਤੁਸੀਂ ਸੰਸਦ ਚੌਧਰੀ ਸੰਦੋਖ ਸਿੰਘ ਹੋਣਾ ਦੇ ਘਰ ਦੇ ਬਾਹਰ ਵੱਡੇ ਲੈਵਲ ਤੇ ਕਿਸਾਨ ਜਥੇਬੰਦੀਆਂ ਲੈ ਕੇ ਪਹੁੰਚੇ ਸੀਗੇ ਉਦੋਂ ਵੀ ਇਹੀ ਆਰਡੀਨੈਂਸ ਦੀ ਗੱਲ ਹੋ ਰਹੀ ਸੀ ਉਦੋਂ ਵੀ ਵੇਖੋ ਉਦੋਂ ਵੀ ਆਰਡੀਨੈਂਸ ਦੀ ਹੋਈ ਇਸੇ ਦੇ ਕਰਕੇ ਸਾਨੂੰ ਥਾਂ ਥਾਂ ਤੇ ਉਦੋਂ 7 ਨਾਕੇ ਲਾਏ ਗਏ 7 ਥਾਂ ਤੇ ਸਾਨੂੰ ਰੋਕਿਆ ਗਿਆ ਸੀ ਜੋ ਲੋਹੀਆਂ ਤੋਂ ਲੈ ਕੇ ਰੂਪੇਵਾਲ ਮਲਸੀਆਂ ਗਾੜੀ ਕਾਂਗਣੇ ਲਾਂਬੜੇ ਪ੍ਰਤਾਪਪੁਰੇ ਇਹਨਾਂ ਚੀਜ਼ਾਂ ਰੋਕ ਕੇ ਅਸੀਂ ਕਹੇ ਇਹੋ ਮੰਗ ਪੱਤਰ ਆਣ ਕੇ ਉੱਥੇ ਵੀ ਇਹੋ ਦਿੱਤੇ ਤੁਹਾਨੂੰ ਵੇਖਿਆ ਤੁਸੀਂ ਸ਼ਾਂਤਮਈ ਨਾਲ ਦੇ ਕੇ ਮੰਗ ਪੱਤਰ ਦੇ ਕੇ ਗਏ ਸਾਡੇ ਜਾਰੀ ਕਰੋ ਉਹ ਜਦੋਂ ਉਹ ਮੰਗ ਪੱਤਰ ਪਹੁੰਚਿਆ ਜੇ ਉਹਦਾ ਵਿਰੋਧ ਕੀਤਾ ਤਾਂ ਕੈਪਟਨ ਸਾਹਿਬ ਥੋੜ੍ਹਾ ਜਿਹਾ ਕਿਸਾਨਾਂ ਦੇ ਹੱਕ 'ਚ ਬੋਲੇ ਥੋੜ੍ਹਾ ਜਿਹਾ ਕਿਸਾਨਾਂ ਦੇ ਹੱਕ 'ਚ ਬੋਲੇ ਵੀ ਅਸੀਂ ਆਰਡੀਨੈਂਸ ਰੱਦ ਕਰਦੇ ਹਾਂ ਅਤੇ ਅਗਲੇ ਦਿਨ ਕੇਂਦਰੀ ਮੰਤਰੀ ਦਾ ਜਵਾਬ ਆ ਗਿਆ ਤੁਸੀਂ ਵੇਖ ਲਿਆ ਤੁਹਾਡੀਆਂ ਅਖਬਾਰਾਂ 'ਚ ਆ ਗਿਆ ਵੀ ਅਸੀਂ ਜਿਹੜਾ ਵਾ ਸੂਬਾ ਸਰਕਾਰ ਖਰੀਦਣੀ ਚਾਹੇ ਖਰੀਦ ਸਕਦੀ ਹੈ ਦੂਜੇ ਨਹੀਂ ਖਰੀਦਣਗੇ घटो घट 7 दिन का है वड्डा संघर्ष जो भी लिखा गया फिर सूबा कमेटी लिखूगी मौजूद ने एडीसीपी एचएस बेनीपाल गलबात करते हैं बेनीपाल साहब हुण जिहड़े इन्ने ज्यादा लोग इत्थे पहुंचे ने अपनी गिरफ्तारियां देन लई हुण की प्रोसैस नूं फॉलो किया जाएगा हालांकि ताला 144 लगी हुई है ये तो कानून अनुसार जो कार्रवाई बनती है वह की जाऊगी इन्हों का एक कोई एजेंडा है भी असं 11 बंद ने गिरफ्तार देनिया ने वो जो कानून च होगा उस हिसाब ना प्रोसैस असं अगे वधावे क्योंकि इन्हों का कहना कि लगातार अगले 7 दिन जोड़ा है धरना इन्हों का जारी रहेगा तो हर रोज़ जीडिया ने इन वक् जथेबंदियां आगे गिरफ्तारियां देनगिया देखते हैं अगे इन की हले चलता हल तो कहते हैं ना कहण तो करन च बड़ा फर्क पै जाता भी की चलता की नहीं जिमें चल असी तो कानून दे रखे हैं कानून फॉलो करना जो जे गलती करे कानून उस हिसाब से इन्हें कानूनी कार्रवाई करते रहेंगे बेनीपाल साहब एक प्रोसैस ये भी है कि जो गिरफ्तारियां होंगे किसी भी इंसान की तो उसका करोना टैसट कराया जाता कि इन्हों का भी करोना टैसट कराया जाऊगा कि इन्हों भी आइसोलेशन वार्ड रखा जाऊगा वो देखा माहौल क्योंकि इन्हों की गिरफ्तारी जी 107 प्रिवेंटिव भी होनी ने वो जो बेल वेल ऑफेंस है जो मौके पर बेल भी ली जा सकती है वो मौके के हालात हिसाब न चलूगा भी जिमें सिस्टम हैगा बेल हो जाती है फिर नहीं होएगा फिर की लोड़ है फिर उन्होंने उत्थे मौके पर बेल लेनी आपका जाए वो तो साडा हुंदा करोना टैस्ट सिर्फ जे जेल बंदा भेजना फिर करोना टैस्ट जरूरी है एच एस बेनीपाल जी ने सानू दस्सिया कि किस तरीके दे नाल जिहड़ा ये जिहड़े लोग गिरफ्तार होने इन्हें गिरफ्तारियां कीतियां जाणगियां हालांकि इन्होंने दस्सिया कि अवेलेबल ऑफेंस है इन्हों का करोना टैसट जे इन्हां दी बेल हो जाती शायद इन्हें करोना टैसट ना किया जाए बट फिर भी जिहड़े लोग इत्थे गिरफ्तारियां देने आए हैं उन्होंने गिरफ्तार डेफिनेटली किया जाएगा कैमरा परसन पवन कनौजी दे नाल मैं साजन अरोड़ा दैनिक सवेरा टीवी जलंधर All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94648 84374 94648 देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।